আসসালামু আলাইকুম सियासी 데রাতে خوش آمدید حضور ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਐਕਸਕਿਊਜ਼ ਮੀ আচ্ছা ਜੀ ਤਿੰਨ ਖਬਰਾਂ ਨੇ ਮਿਠਾ ਜੀ ਤੁਹਾਡੇ ਸਾਹਮਣੇ ਲੈ ਕੇ ਆ ਚੁੱਕਿਆ ਮੈਂ ਬੜੀਆਂ ਹੀ ਮਿੱਠੀਆਂ ਔਰ ਗਰਮਾ ਗਰਮ ਖਬਰਾਂ ਨੇ ਜਿਹੜੀਆਂ ਮੈਂ ਤੁਹਾਡੇਗੇ ਸ਼ੇਅਰ ਕਰਨੀਆਂ ਹਾਲਾਤੋ ਵਕਿਆਤ ਤੁਨ ਤੁਹਾਡੇ ਸਾਹਮਣੇ ਨੇ ਖਸੂਬਾ ਪਖਤੂਨ ਹਾ ਜਿਹੜਾ ਉਹ ਬੈਂਕਰਪਟ ਹੋ ਚੁੱਕਿਆ ਦਿਵਾਲੀਆ ਹੋ ਚੁੱਕਿਆ ਬੜੀ ਬੜੀ ਮੁਬਾਰਕ ਹੋਏ ਯੁੱਥੀਆਂ ਨੂੰ ਵੀ ਯੁੱਥਣਾ ਨੂੰ ਵੀ ਨਿਊਯਾਰਕ ਦੇ ਯੁੱਥੀਏ ਔਰ ਯੁੱਥਣਾ ਲੰਡਨ ਦੇ ਯੁੱਥਰੇ ਯੁੱਥੀਏ ਔਰ ਯੁੱਥੜੀਆਂ ਔਰ ਜਿਹੜੇ ਮਿਡਲ ਈਸਟ ਦੇ ਵਿੱਚ ਸਾਉਦੀਆ ਦੁਬਈ ਸੱਜੇ ਖੱਬੇ ਜਿਹੜੇ ਧੱਕੇ ਖਾਂਦੇ ਨੇ ਯੁੱਥੀਏ ਔਰ ਯੁੱਥੀਆਂ ਸਾਰਿਆਂ ਨੂੰ ਬੜੀ ਬੜੀ ਮੁਬਾਰਕ ਹੋਵੇ ਪਖਤੂਨ ਹਾ ਜਿਹੜਾ ਉਹ ਬੈਂਕਰਪਟ ਹੋ ਗਿਆ ਜੀ ਦਿਵਾਲੀਆ ਹੋ ਗਿਆ ਜੀ ਤੇ ਉੱਥੇ ਹਕੂਮਤ ਕੀ ਦੀ ਸੀ ਪਿਛਲੇ 10 ਸਾਲ ਤੋਂ ਹਕੀਕੀ ਆਜ਼ਾਦੀ ਇਮਰਾਨ ਖਾਨ ਸਾਹਿਬ ਤੇ ਉਹ ਦਿਵਾਲਿਆ ਹੋਇਆ ਜਦੋਂ ਤੇ ਇਹ ਦਿਵਾਲਿਆ ਹੋਣ ਤੋਂ ਪਹਿਲੇ ਸੋਸ਼ਲ ਮੀਡੀਆ ਤੇ ਉਹਦੇ ਇਸ਼ਤਿਹਾਰ ਕੀ ਚਲਾਉਂਦੇ ਸੀ ਕਿ ਪਖਤੂਨ ਹਾ ਜਿਹੜਾ ਉਹ ਪੈਰਿਸ ਨਿਊਯਾਰਕ ਤੋਂ ਉੱਤੇ ਚਲਾ ਗਿਆ ਉੱਤੇ ਚਲਾ ਗਿਆ ਜਿਹੜੀ ਗੱਲ ਉੱਤੇ ਚਲਾ ਗਿਆ ਹੁਣ ਤੇ ਫਾਤੀਹਾ ਪੜਨ ਦਾ ਟਾਈਮ ਆ ਗਿਆ ਕਿ ਫਾਤੀਹਾ ਪੜੀ ਗਿਆ ਚੁੱਕੀ ਪਖਤੂਨ ਹਾ ਬੈਂਕਰਪਟ ਔਰ ਦਿਵਾਲਿਆ ਹੋ ਗਿਆ ਜੀ ਇਹ ਗੱਲ ਪੱਲੇ ਪਈ ਏ ਕਿ ਨਹੀਂ ਪਈ ਜੇ ਨਹੀਂ ਪਈ ਤੇ ਅੱਗੇ ਅੱਗੇ ਆਜੇ ਝੋਲੀ ਚ ਆਜੋ ਮੈਂ ਤੁਹਾਡੇ ਹੱਥੋਂ ਹਕੀਕੀ ਆਜ਼ਾਦੀ ਗਰਮ ਕਰਕੇ ਫੜਾਣਾ ਉਹਦਾ ਰੋਲ ਜਿਹਾ ਬਣਾ ਕੇ ਤੇ ਉਹਨੂੰ ਹੱਥੇ ਚ ਫੜਾਓ ਠੀਕ ਹੈ ਨਾ ਮਿਠਾ ਜੀ ਅੱਛਾ ਜੀ ਤਰੇ ਖਬਰਾਂ ਨੇ ਜਿਹਦੇ ਤੇ ਤੁਹਾਡੇ ਨਾਲ ਗੋਸ਼ਤ ਗੁਜ਼ਾਰ ਕਰਨੀ ਹੈ ਗਰਮ ਖਬਰਾਂ ਨੇ ਪ੍ਰਵੇਜ਼ ਲਾਈ ਸਾਹਿਬ ਜਿਹੜੇ ਪਾਕਿਸਤਾਨ ਦੇ ਵਿੱਚ ਤਰਲੇ ਕਰ-ਕਰ ਕੇ ਕਦੀ ਉਹਦੇ ਤਰਲੇ ਕਦੀ ਉਹਦੇ ਇੱਕ ਕਦੀ ਉਹਦੇ ਧਾਰਕ ਕਦੀ ਉਹਦੇ ਧਾਰਕ ਕਦੀ ਉਹਦਰ ਦਰਬਦਾਰ ਮੈਂ ਮਾਫੀ ਲਾਦੇ ਮੇਰੀ ਵਜ਼ਾਰਤਿਆਲਾ ਨਾ ਜਾਣਦੇ ਹੋ ਜਿਵੇਂ ਆਂਦੇ ਕਰ ਲੈਨੇ ਆ ਇਹ ਬੰਦੇ ਤੁਹਾਡੇ ਇਧਰ ਆ ਜਾਣਗੇ ਵਜ਼ਾਰਤਾਂ ਸਾਰੀਆਂ ਤੁਹਾਡੇ ਕੋਲ ਹੋ ਜਾਣਗੀਆਂ ਮੈਨੂੰ ਸਿਰਫ ਜ਼ਰੀਆਲਾ ਰਹਿਣ ਦਿਓ ਮਨੂੰ ਸਲਾਈਦ ਨੂੰ ਨਹੀਂ ਫੜਨਾ ਇਹ ਜਿਹੜਾ ਮਮਦ ਖਾਨ ਪੱਟੀਏ ਇਹਨੂੰ ਨਹੀਂ ਫੜਨਾ ਇਹਦੇ ਜਿਹੜੇ ਭਤੀਜੇ ਨੇ ਇਹਨਾਂ ਨੂੰ ਨਹੀਂ ਫੜਨਾ ਐ ਨਹੀਂ ਕਰਨਾ ਆਉ ਨਹੀਂ ਕਰਨਾ ਫਲਾਨਾ ਮਾਫੀ ਦੇ ਦੇਓ ਮੀਆਂ ਸਾਹਿਬ ਛੋਟੇ ਮੀਆਂ ਸਾਹਿਬ ਮਾਫੀ ਦੇ ਰਾਣਾ ਸੁਨਾਉਲਾ ਮਾਫੀ ਮਰੀਮ ਨਵਾਜ਼ ਬੀਬੀ ਮਾਫੀ ਦੇ ਦੇਓ ਜਿਵੇਂ ਹਾਂ ਤੇ ਕਰ ਲੈਨੇ ਚੌਧਰੀ ਸਾਹਿਬ ਕੁਲ ਜਾਂਦਾ ਸੁਜਾਦ ਸਾਹਿਬ ਕੋਲੋਂ ਤੇ ਕਿੰਦਰ ਜੀ ਮਾਫੀ ਮੁਫਤ ਤਲਾਫੀ ਕਰਾ ਦੇਓ ਜਿਵੇਂ ਹਾਂ ਤੇ ਉਹ ਕਰ ਲੈਨੇ ਆ ਠੀਕ ਹੈ ਨਾ ਜੀ ਮਤਲਬ ਕਿ ਮੈਂ ਉਨਕੀ ਕੀ ਕਮਾ ਵਡੇਰਾ ਆਦਮੀ ਐ ਔਰ ਵੈਸੇ ਵੀ ਇਹ ਇਹ ਇਨਾਂ ਪਿਓ ਪੁੱਤਰਾਂ ਨੂੰ ਕੁਛ ਕਹਿ ਕੇ ਤੇ ਆਪਣਾ ਫਿਕਰਾ ਹੀ ਜ਼ਾਇਆ ਕਰਨਾ ਹੈ ਨਾ ਮਤਲਬ ਕਿ ਇਹ ਦੁਨੀਆ ਦੇ ਲੱਥੇ ਤਰੀਨ ਲੋਗ ਨੇ ਇਹ ਦੋਵੇਂ ਪਿਓ ਪੁੱਤਰ ਮੋਨਸ ਲਾਈ ਤੇ ਪ੍ਰਵੇਸ਼ ਲਾਈ ਇਹ ਸਮਝੋ ਕਿ ਇਹ ਕੋਈ ਅਜੀਬੋ ਗਰੀਬ ਕਿਸਮ ਦੇ ਇਹ ਕੋਈ ਮੈਂ ਉਨਕੀ ਕੀ ਕਮਾ ਕੀ ਕਹੀਏ ਨਾ ਯਾਰ ਦੱਸੋ ਹਾਂ ਤੁਸੀਂ ਕਵ ਇਹ ਪਿਓ ਪੁੱਤਰ ਜਿਹੜੇ ਨੇ ਇਹਨਾਂ ਨੂੰ ਬੰਦਾ ਕੀ ਕਵੇ ਇਹ ਮਤਲਬ ਕਿ ਇੰਤਹਾਈ ਪਰਲੇ ਦਰਜੇ ਦੇ ਦੋ ਨੰਬਰ ਔਰ ਨੌ ਸਰਬਾਜ਼ ਔਰ ਤੁਸੀਂ ਕਹਿ ਲਓ ਕਿ ਘਟਿਆ ਲੋਕ ਨੇ ਇਹ ਇਹ ਹੀ ਲਫ਼ਜ਼ ਅੱਛਾ ਨਿਕਲਦਾ ਬਾਕੀ ਜੇ ਵੱਡੀ ਗੇਮ ਚੁੱਕੀ ਤੇ ਫਿਰ ਉਹਨਾਂ ਨੂੰ ਚਾਂ ਚਾਂ ਕਰਦੇ ਨੇ ਕੋਈ ਕੋ ਛੱਠਾ ਸਾਹਿਬ ਤੁਸੀਂ ਇਹ ਕਿਉਂ ਕਿਹਾ ਇਹ ਲੋਕਾਂ ਨੂੰ ਨਹੀਂ ਸੀ ਦੱਸਣਾ ਠੀਕ ਹੈ ਨਾ ਜੀ ਇਹ ਹੁਣ ਮੋਨਸ ਲਈ ਜਿਹੜਾ ਇਹਨੂੰ ਇੱਕ ਦਿਨ ਇੱਕ ਵਾਰ ਫੜ ਲਿਆ ਪੁਲਿਸ ਵਾਲਿਆਂ ਪੁਰਾਣੀ ਗੱਲ ਮੁਸ਼ਰਫ ਤੌਰ ਤੇ ਇਹ ਗੱਡੀ ਦੇ ਵਿੱਚ ਕੋਈ ਚੀਕਾ ਚਾਕੀ ਤੇ ਖੇਡਦਾ ਸੀ ਪੀਤੀ ਸੀ ਇਹ ਇਹ ਚਾਹ 40 ਸੀ ਚਾਹ ਤੇ ਗੱਡੀ ਦੀ ਪਿਛਲੀ ਸੀਟ ਤੇ ਇਹ ਖੇਡਦਾ ਸੀ ਪਿਆ ਜੋ ਨਾਜ਼ੀ ਨਾਲ ਜੋ ਖੇਡਦਾ ਜੋ ਨਿਆਜ਼ੀ ਤੇ ਮਰੋਦ ਮੁਰਾਦ ਸਾਹਿਦ ਖੇਡਦੇ ਉਹ ਪਿਆ ਖੇਡਦਾ ਸੀ ਪੁਲਿਸ ਵਾਲਿਆਂ ਫੜ ਲੈ ਉਹਨਾਂ ਭੜਾ ਤੇ ਸਾਰਾ ਕੁਝ ਤੇ ਗੱਡੀ ਦੀ ਸੀਟ ਦੇ ਪਿੱਛੇ ਉਹਨਾਂ ਨੇ ਕਿਹਾ ਤੂੰ ਕੌਣ ਹੈ ਤੇ ਕੀ ਕਰਦਾ ਫਿਰਨੇ ਇੱਥੇ ਤੇ ਉਹਨਾਂ ਨੇ ਫਿਰ ਚਾਰ ਸਟੀਆਂ ਇਹਨੂੰ ਸਟਣ ਤੋਂ ਬਾਅਦ ਆਂਦਾ ਮੈਂ ਵਜ਼ੀਰ ਅਲਾ ਪੰਜਾਬ ਦਾ ਮੁੰਡਾ ਸੁਛਿੰਦਾ ਦਾਲ ਹਾਲੋ ਬੱਸ ਬੰਦੇ ਦਾ ਬਈ ਇਹ 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 ਮੁੰਨਸ ਲਈ ਹੋ ਜਾਂ ਜਿਹੜਾ ਮੈਂ ਨਾ ਵੇ ਮੁੰਡੇ ਤੇ ਮੁੰਡੇ ਵਾਲੀ ਖੇਡ ਤੇ ਬਣੀ ਗੱਲ ਆ ਤੇ ਮੁਰਾਦ ਸਹੀ ਤੇ ਆਓ ਜੀ ਤੇ ਜਾਓ ਜੀ ਠੀਕ ਹੈ ਨਾ ਤੇ ਇਹ ਹੁਣ ਕੁਰਸੀ ਬਚਾਣ ਲੰਡਨ ਰਵਾਨਾ ਹੋ ਗਿਆ ਸਰਕਾਰਾਂ ਦੇ ਬਈ ਲੰਡਨ ਤੂੰ ਕਿੱ데 ਕੁਲ ਚੱਲਾ ਤੇਰਾ ਕੀ ਕੰਮ ਹੈ ਲੰਡਰ ਬਈ ਤੇਰੀ ਇਹ ਇੱਥੇ ਦਾਲ ਨਹੀਂ ਗਲੀ ਤੇ ਉੱਥੋਂ ਤੇਰੀ ਦਾਲ ਗਲ ਜਾਣੀ ਤੇ ਲੰਡਨ ਉਹਨੇ ਕਿਉਂ ਗਿਆ ਹੋਣਾ ਮਤਲਬ ਖਬਰ ਤੇ ਇਹ ਬਣਦੀ ਨਾ ਤੁਹਾਨੂੰ ਦੇਣ ਵਾਲੀ ਲੰਡਨ ਇਸ ਵਾਸਤੇ ਗਿਆ ਹੋਣਾ ਕਿ ਬੱਡੇ ਮੀਅਰਾ ਸਾਹਿਬ ਕੋ ਮਾਫੀ ਮੰਗਣੀ ਹੈ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਇਹ ਜੋ ਆਂਦੇ ਮੀਆਂ ਜੀ ਕਰ ਲੈਣਾ ਮੈਂ ਤੁਹਾਡਾ ਤਾਬੇਦਾਰ ਆ ਐ ਸ਼ਜਾਦ ਸਾਹਿਬ ਨੂੰ ਵੀ ਫੋਨ ਕਰਕੇ ਕਹਿ ਦਿਓ ਕਿ ਮੈਂ ਮੰਨ ਗਿਆ ਜਾਂ ਮੈਂ ਐਗਰੀ ਹੋ ਗਿਆ ਜਾਂ ਫਲਾ ਚਲੋ ਹੋਰ ਕੁਛ ਨਹੀਂ ਤੇ ਮੈਨੂੰ ਸਪੀਕਰ ਤੇ ਰਹਿਣ ਦਿਓ ਨਾ ਚਲੋ ਬਾਜ਼ਾਰ ਤੇ ਆਲਾ ਤੁਸੀਂ ਲੈ ਲਓ ਲੇਕਰ ਸਪੀਕਰ ਤੇ ਮੀਆਂ ਸਾਹਿਬ ਮੈਨੂੰ ਰਹਿਣ ਦਿਓ ਇਸ ਹੱਦ ਤੱਕ ਗੱਲ ਪਹੁੰਚ ਚੁੱਕੀ ਹੈ ਠੀਕ ਹੈ ਨਾ ਜੀ ਔਰੇ ਮਤਲਬ ਬਿਆਨਬਾਜ਼ੀਆਂ ਨਾਲ ਠੋਕੀ ਜਾ ਰਿਹਾ ਮੀਡੀਆ ਦੇ ਵਿੱਚ ਸੱਜੇ ਖੱਬੇ ਉਹ ਮੈਂ ਹਾਂ ਜਿੱਤੇ ਮੈਂ ਹਾਂ ਉਹ ਤੇ ਮੈਂ ਫਲਾਂ ਕੱਖ ਨਹੀਂ ਤੇਰੇ ਪੱਲੇ پرویز ਲਈ ਤੂੰ ਐਨਜੀਏ وزیریਆਲਾ ਐਨਜੀਏ ਬਜੀ ਮੈਂ ਕੋਈ ਕਿਸੇ ਦਾ ਬਾਲ ਗਵਾਚਾ ਆ ਪਿੰਡ 'ਚ ਤੇ ਕਦੀ ਇਧਰ ਡਾਊਨ ਡਾਊਨ ਫਿਰਦਾ ਤੇ ਕਦੀ ਇਧਰ ਡਾਊਨ ਡਾਊਨ ਫਿਰਦਾ ਤੇਰੇ ਪੱਲੇ ਕੱਖ ਨਹੀਂ ਸਾਬਤ ਹੋ ਚੁਕਿਆ ਕਿ ਜਿੰਨੀ ਵੀ ਤੂੰ ਸਿਆਸਤ ਕੀਤੀ ਹੈ ਆਪਣੇ ਪਿਓ ਦਾਦੇ ਨੇ ਤੇਰੇ ਨੇ ਜਿੱਦੀ ਤੂੰ ਵਿਰਾਸਤ ਲੈ ਕੇ ਲਗਾ ਫਿਰਨਾ ਤੂੰ ਉਹ ਬਿਲਕੁਲ ਉਹਦਾ ਰਾੜੀ ਰੰਗਾ ਕਰ ਛੜਿਆ ਉਹਦਾ ਕੱਖ ਨਹੀਂ ਛੜਿਆ ਉਹ ਸਿਆਸਤ ਦਾ ਜਿਹੜੇ ਤੇਰੇ ਬਜ਼ੁਰਗ ਕਰ ਚੁੱਕੇ ਨੇ ਔਰ ਸ਼ੁਜਾਦ ਸਾਹਿਬ ਦੀ ਮਿਹਰਬਾਨੀ ਕਿ ਹਜੇ ਤੱਕ ਉਹਨਾਂ ਕੋ ਇੱਜ਼ਤ ਬਹਾਲ ਰੱਖੀ ਇਸ ਫੈਮਿਲੀ ਦੀ ਬਾਕੀ ਤੁਸਾਂ ਪਿਓ ਪੁੱਤਰਾ ਔਰ ਤੁਹਾਡੇ ਨਾਲ ਜਿਹੜਾ ਵਜਾਹਤ ਗਏਗੇ ਇਹਨਾਂ ਨੇ ਤੇ ਫੜ ਕੇ ਇਹਦਾ ਕੱਖ ਨਹੀਂ ਛੜੇਗਾ ਕਿਉਂਕਿ ਤੁਸੀਂ ਕਰਪਟੋ ਬੇਸਿਕਲੀ ਦੋ ਨੰਬਰ ਖੋਇਆ ਖਾਈ ਚੋਰੀਆਂ ਚਕਾਰੀਆਂ ਅੜਕੇਤੀਆਂ ਕਿੰਨੂੰ ਨਹੀਂ ਪਤਾ ਚੌਧਰੀ ਸਾਹਿਬ ਸਾਰੇ ਨੂੰ ਪਤਾ ਹੈ ਮਤਲਬ ਕਿ ਹੁਣ ਗੱਲ ਕੋ ਭੁੱਲੀ ਹੈ ਚੌਧਰੀ ਸਾਹਿਬ ਕੋ ਆਪਣੇ ਉਹ ਜੱਟ ਭਰਾ ਉਹ ਸਾਰਾ ਕੁਝ ਤੇ ਮੈਂ ਨਹੀਂ ਨਾ ਖੋਲ ਸਕਦਾ ਸੁਜਾਦ ਸਾਹਿਬ ਦੀ ਵਜ੍ਹਾ ਤੋਂ ਕਿਉਂਕਿ ਉਹ ਬੜੀ ਇੱਜ਼ਤਦਾਰ ਫੈਮਲੀ ਅੱਛਾ ਇਹ ਲੰਡਨ ਆ ਗਿਆ ਮਾਫੀ ਤਲਾਫੀ ਮੰਗਣ ਤੇ ਮੈਨੂੰ ਨਹੀਂ ਲੱਗਦਾ ਕਿ ਮੀਆਂ ਮਾਫੀ ਦੇਗਾ ਅੱਗੇ ਆ ਜੋ ਨਿਆਜ਼ੀ ਔਰ ਆਜ਼ਮ ਖਾਨ ਦੀ ਗ੍ਰਿਫਤਾਰੀ ਦਾ ਫੈਸਲਾ وفاقی کابینہ ਨੇ ਫੈਸਲਾ ਲਿਆ ਕਿ ਇਹ ਆਡੀਓ ਲੀਕਸ ਦੇ ਉੱਤੇ ਖੁਰਾ ਜਿਹੜਾ ਇਹ ਜੋ ਅਸੀਂ ਕਿਹਾ ਸੀ ਬੈ ਖੁਰਾ ਕਿੱਥੇ ਜਾਂਦਾ ਉਹ ਨਾ ਫੜ ਲੈਣ ਬੰਦੇ ਤੇ ਬੰਦੇ ਵੀ ਬੰਨੀ ਗੱਲ ਹੈ ਜੋ ਫੜਿਆ ਹੁਣ ਇਹ ਬਹੁਤ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਿਹਾ ਮਿੱਠਾ ਜੀ ਇਹ ਕੋਈ ਵੀ ਨਹੀਂ ਦੇ ਸਕਦਾ ਖਬਰ ਬੰਦੇ ਵੀ ਬਣੀ ਗੱਲਾਂ ਜੋ ਫੜੇ ਗਏ ਨੇ ਔਰ ਬਣੀ ਗੱਲਾਂ ਦੇ ਨਾਲ ਉਹ ਸਾਰੇ ਕਨੈਕਸ਼ਨ ਸੀ ਪਖਤੂਨ ਹਾ ਕਰਾਚੀ ਉਹ ਬੰਦੇ ਫੜੇ ਗਏ ਨੇ ਤੇ ਆਡੀਓ ਲੀਕਾ ਰੁਗ ਗਈ ਹੈ ਨਾ ਕਿਉਂਕਿ ਅਸੀਂ ਕਿਹਾ ਬੰਦੇ ਫੜੇ ਗਏ ਹੁਣ ਉਹ ਆਡੀਓ ਲੀਕਾਂ ਦੀ ਜਿਹੜੀ ਸਾਜ਼ਿਸ਼ ਹੈ ਕੌਮੀ ਰਾਜ਼ਬਾਰ ਕਢਣ ਦੀ ਉਹਦੇ ਵਿੱਚ ਨਿਆਜ਼ੀ ਔਰ ਆਜ਼ਮ ਖਾਨ ਔਰ ਜਿਹੜਾ ਉਹ ਅਮਰੀਕੀ ਖਤ ਸੀ ਜਿਹੜੀ ਉਹ ਈਮੇਲ ਸੀ ਉਹਨੂੰ ਟੈਂਪਰ ਕਰਨਾ ਔਰ ਉਹਨੂੰ ਉਨੂੰ ਮਿਟਾ ਕੇ ਤੇ ਨਵੀਂ ਆਪ ਲਿਖਣਾ ਦੋ ਨੰਬਰੀ ਕਰਨਾ ریاਸਤੀ ਮਾਮਲਿਆਂ ਦੇ ਨਾਲ ਉਹਦੇ ਉੱਤੇ ਇਹਨਾਂ ਦੋਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਵਾਸਤੇ ਕਮੇਟੀ ਬਣਾ ਦਿੱਤੀ ਗਈ ਯਾਨੀ ਕਿ ਕਬੀਨਾ ਨੇ ਫੈਸਲਾ ਕਰ ਲਿਆ ਕਿ ਹਾਂਜੀ ਇਹਨਾਂ ਦੇ ਖਿਲਾਫ ਤਹਿਕੀਕਾਤ ਕੀਤੀ ਜਾਏ ਔਰ ਤਹਿਕੀਕਾਤ ਕਿਸ ਤਰ੍ਹਾਂ ਹੁੰਦੀ ਹੈ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਕਮੇਟੀ ਜਿਹੜੀ ਹੈ ਕੋਈ ਬਣਾ ਦਿੱਤੀ ਹੈ ਜੀ ਤੁਸੀਂ ਇਹਦਾ ਛਾੜ ਫਟ ਕਰਕੇ ਤੇ ਜਾ ਕੇ ਪਰਚਾ ਦਰਜ ਕਰਾਓ اسلام آباد ਵਿੱਚ ਕਿਸੇ ਵੀ ਥਾਣੇ ਤੇ ਉਸ ਤੋਂ ਬਾਅਦ ਫਿਰ ਰਾਣਾ ਸਨਾਉਲਾ ਜਿਹੜਾ ਉਹਨੂੰ ਟਾਸਕ ਦਿੱਤਾ ਜਾਏ ਜਦੋਂ ਜਦੋਂ ਸਾਰੇ ਇੱਕ ਪੇਜ ਤੇ ਹੋ ਜਾਣਗੇ ਹਜੇ ਤੇ ਵਿੱਚ ਕੋਈ ਚੀਜ਼ ਕਚਾੜਾ ਪਏ ਆ ਨਾ ਇੱਧਰ ਉੱਧਰ ਆ ਵੇਖਿਆ ਨਹੀਂ ਕਿ ਦੀ ਇੱਧਰ ਕੋ ਖਿੱਚ ਲਿੰਦਾ ਕੋ ਗੇਮ ਨੂੰ ਇੱਧਰ ਖਿੱਚ ਲਿੰਦਾ ਜਾਂ ਹੀ ਬਣਨ ਲੱਗਦੀ ਗੇਮ ਕੋ ਇੱਧਰੋਂ ਖਿੱਚ ਲਿੰਦਾ ਅਜੇ ਪੈਸਾ ਬਹੁਤ ਲੱਗਾ ਹੈ ਨਾ ਯਾਰ ਤੇ ਤੁਹਾਨੂੰ ਪਤਾ ਹੈ ਪਾਕਿਸਤਾਨ ਇੱਥੇ ਪੈਸਾ ਬੋਲਦਾ ਉੱਥੇ ਕਿਹੜਾ ਕੋ ਵਫਾਦਾਰੀ ਬੋਲਦੀ ਹੈ ਉੱਥੇ ਪੈਸੇ ਦੀ ਗੇਮ ਹੈ ਸਾਰੀ ਤੇ ਪੈਸਾ ਨਿਆਜ਼ੀ ਤੋਂ ਜ਼ਿਆਦਾ ਕੀ ਦੇਖੋ ਆਕਾ ਦਿਉੜੇ ਬਾਹਰ ਕਾਦੇ ਅਸਤੇ ਬੈਠੇ ਨੇ ਅਬ ਮਾਈਆਂ ਬਾਹਰ ਕਿਉਂ ਮ사ਜ ਸੈਂਟਰ ਬਣਾਏ ਨੇ ਤਰੀਕੇ ਇਨਸਾਫ ਵਾਲੀਏ ਇਸੇ ਵਾਸਤੇ ਬਣਾਏ ਨੇ ਨਾ ਕਿ ਪੈਸੇ ਕੱਲ ਨੇ ਖਾਨ ਸਾਹਿਬ ਨੂੰ ਹਕੀਕੀ ਆਜ਼ਾਦੀ ਲਾਣੀ ਤੇ ਇਸ ਵਾਸਤੇ ਇਹ ਨਿਆਜ਼ੀ ਔਰ ਆਜ਼ਮ ਖਾਨ ਦੀ ਗ੍ਰਿਫਤਾਰੀ ਜਿਹੜੀ ਹੈ ਇਹ ਅਕਤੂਬਰ ਦੇ ਵਿੱਚ ਮਿਠਾ ਜੀ ਦੱਸਦੇ ਸੀ ਪੈਕੇ ਹੋ ਜਾਣੀ ਹੈ ਜੇ ਅਕਤੂਬਰ ਚ ਆ ਗੋ ਫਿਰ ਠੰਡਾ ਮਾਹੌਲ ਵੀ ਤੇ ਪੈਦਾ ਹੋਣਾ ਹੈ ਗੋ ਨਵੰਬਰ ਆਣਾ ਹੈ ਨਵੇਂ ਆਰਮੀ ਚੀਫ ਸਾਹਿਬ ਨੇ ਆਣਾ ਹੈ ਨਵੀਂ ਕਿਆਤਾਂ ਆਣੀਆਂ ਬੜਾ ਬੜਾ ਕੁਝ ਹੋਣਾ ਤੇ ਅਕਤੂਬਰ ਚ ਗ੍ਰਿਫਤਾਰੀ ਜਿਹੜੀ ਇਹ ਬਣਦੀ ਹੈ ਹੁਣ ਇਹ ਜਿਹੜੇ ਮੁਕਦਮਾਤ ਨੇ ਦੋ ਜਿਹੜੇ ਦਾਅਰ ਹੋਣੇ ਨੇ ਆਡੀਓ ਲੀਕਸ ਵਾਲਾ ਤੇ ਉਹ ਅਮਰੀਕੀ ਖੱਤ ਦੀ ਨੂੰ ਮਟਾ ਕੇ ਤੇ ਆਪਣਾ ਆਪਣੀ ਮਰਜ਼ੀ ਦਾ ਲਿਖਣਾ ਟੈਂਪਰਿੰਗ ਇਹ ਦੋ ਮੁਕਦਮੇ ਬਣਨੇ ਨੇ ਜਦੋਂ ਉਸ ਤੋਂ ਬਾਅਦ ਫਿਰ ਗ੍ਰਿਫਤਾਰੀ ਜਿਹੜੀ ਅਕਤੂਬਰ ਵਿੱਚ ਹੀ ਹੋਏਗੀ ਤੇ ਉਸ ਤੋਂ ਬਾਅਦ ਇਹ ਇੱਕ achhi khabar Maryam Nawaz واسطے ਕਿ ਉਹਨਾਂ ਦਾ ਪਾਸਪੋਰਟ ਜਿਹੜਾ ਉਹ ਮਿਲ ਗਿਆ ਜਿਹੜਾ ਪਿਛਲੇ 4 ਸਾਲ ਤੋਂ ਉਹਨਾਂ ਨੇ ਰੱਖਿਆ ਸੀ ਬਲਾ ਵਜ੍ਹਾ ساری ਗੱਲ ਹੈ ਕਿੰਨੇ ਰੱਖਿਆ ਸੀ ਕਿਉਂ ਰੱਖਿਆ ਸੀ ਇਹ ਹੁਣ ਤੁਹਾਨੂੰ ਸਾਰਾ ਹੀ ਪਤਾ ਤੇ ਇਹ ਹੁਣ ਮਰੀਮ ਨਵਾਜ਼ ਸਾਹਿਬਾ ਵੀ ਮੈਨੂੰ ਲੱਗਦਾ ਹੈ ਕਿ ਅਗਲੇ ਚੰਦ ਦੀਨਾ ਤੋਂ ਬਾਅਦ ਲੰਡਨ ਜਾ ਕੇ ਤਮੀਆਂ ਨਵਾਜ਼ ਸ਼ਰੀਫ ਨੂੰ ਔਰ ਆਪਣੀ ਫੈਮਿਲੀ ਨੂੰ ਮਿਲਣ ਗਿਆ ਔਰ ਉਸ ਤੋਂ ਬਾਅਦ ਉੱਥੇ ਡਿਸਾਈਡ ਹੋਏਗਾ ਕਿ ਮੀਆਂ ਸਾਹਿਬ ਜਿਹੜੇ ਨੇ ਇਹ ਕਿਸ ਦਿਨ ਪਾਕਿਸਤਾਨ ਆਣਾ ਲੇਕਿਨ ਸਾਡੇ ਸੋਰਸਸ ਇਹ ਕਹਿੰਦੇ ਨੇ ਕਿ ਮੀਆਂ ਸਾਹਿਬ ਦੀ ਸਾਲਗिरा ਹੁੰਦੀ ਹੈ 25 ਦਸੰਬਰ ਨੂੰ ਤੇ ਜੋ ਸਾਡਾ ਤਵਕੋ ਏ ਇਸ ਤਰ੍ਹਾਂ ਕਰਕੇ ਕਰ ਲਈਏ ਐਵੇਂ ਫਿਰ ਨਰਾਜ਼ ਹੋ ਜਾਂਦੇ ਨੇ ਜੀ ਦੱਸਿਆ ਕਿਉਂ ਅਸੀਂ ਅਸੀਂ ਸਮਝੀ ਨਾ ਕਿ 25 ਦਸੰਬਰ ਨੂੰ ਮੀਆਂ ਸਾਹਿਬ ਆਪਣੀ ਸਾਲਗिरा ਅਗਰ ਸਾਰਾ ਕੁਝ ਠੀਕ ਰਿਹਾ ਜਾਤੀ ਉਮਰਾ ਦੇ ਵਿੱਚ ਮਨਾਣ ਦੇ ਇਹ ਇਹ ਸਾਡੀ ਆਪਣੀ ਖਬਰ ਹੈ ਠੀਕ ਹੈ ਨਾ ਜੀ ਇਹਨੂੰ ਤੁਸੀਂ ਰੱਖ ਲੈਣਾ ਤੇ ਇਹ ਤਿੰਨ ਖਬਰਾਂ ਅਸੀਂ ਪ੍ਰਵੇਸ਼ ਲਈ ਕੁਰਸੀ ਪਹਚਾਣ ਲੰਡਨ ਰਵਾਨਾ ਨਿਆਜ਼ੀ ਔਰ ਆਜ਼ਮ ਖਾਨ ਦੀ ਗ੍ਰਿਫਤਾਰੀ ਦਾ ਫੈਸਲਾ ਤੇ ਮਰੀਮ ਨਵਾਜ਼ ਨੂੰ ਪਾਸਪੋਰਟ ਜਿਹੜਾ ਇਹ ਮਿਲ ਗਿਆ ਤੇ ਇਨਸ਼ਾ ਅੱਲਾਹ ਤਾਲਾ ਇਸ ਅਕਤੂਬਰ ਦੇ ਮਹੀਨੇ ਦੇ ਵਿੱਚ ਰਿਆਸਤ ਜਿਹੜੀ ਹੈ ਉਹਨੇ ਆਪਣੀ ਸਮਤ ਨੂੰ ਪੂਰਾ ਇੱਕ ਪਾਸੇ ਲੈ ਕੇ ਜਾਣਾ ਬੇਸ਼ੱਕ ਅਦਰ ਮਨ ਅੱਲਾ ਸਾਹਿਬ ਨੇ ਉਹਨੂੰ ਤੁਹੀਨੇ ਅਦਾਲਤ ਦੇ ਕੇਸ ਦੇ ਵਿੱਚ ਮਾਫੀ ਦੇ ਦਿੱਤੀ ਹੈ ਠੀਕ ਹੈ ਦੇ ਦਿੱਤੀ ਹੈ ਜੱਜ ਅਦਾਲਤ ਦਾ ਕੰਮ ਸੀ ਅੱਛੀ ਬੁਰੀ ਉਹਨਾਂ ਜਿਵੇਂ ਵੀ ਆ ਦੇ ਦਿੱਤੀ ਲੇਕਿਨ ਪਾਰਟੀ ਹੋਣ ਸ਼ੁਰੂ ਹੋਣੀ ਹੈ ਬਹੁਤ ਸ਼ੁਕਰੀਆ